ਸਰਦਾਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਅੰਤਰਚਾਤ ਦਾ ਅਗਲਾ ਲੇਖ ਹੈ ਲਗਨ ਕਰਦੀ ਰਾਸ ਸਭੇ ਮੁਸ਼ਕਲਾਂ ਨਿਰਸੰਦੇਹ ਗਲਤੀਆਂ ਨਾਲ ਮਨੁੱਖ ਸਿੱਖਦਾ ਹੈ ਪਰ ਇਹਦਾ ਅਰਥ ਇਹ ਨਹੀਂ ਕਿ ਉਹ ਜੀਵਨ ਭਰ ਗਲਤੀਆਂ ਕਰਦਾ ਰਹੇ ਤੇ ਕਹੇ ਮੈਂ ਤਾਂ ਸਿੱਖ ਰਿਹਾ ਨਿਰਸੰਦੇਹ ਕੁਝ ਕਰਨ ਦੀ ਕਲਾ ਕੁਝ ਕੀਤਿਆਂ ਹੀ ਆਉਂਦੀ ਹੈ ਇਸੇ ਕਰਕੇ ਕਹਿੰਦੇ ਹਨ ਕਿ ਕੁਝ ਨਹੀਂ ਕਰੋਗੇ ਤਾਂ ਕੁਝ ਨਹੀਂ ਬਣੋਗੇ। ਕੰਮ ਤੋਂ ਬਿਨਾ ਗਿਆਨ ਬੋਝ ਹੈ। ਜੇ ਉਦੇਸ਼ ਸ਼ੁਭ ਨਾ ਹੋਵੇ ਤਾਂ ਗਿਆਨ ਵੀ ਪਾਪ ਹੋ ਨਿਬੜਦਾ ਹੈ। ਸਾਡੇ ਯੁੱਗ ਦੇ ਲੱਖਾਂ ਲੋਕ ਗਿਆਨ ਦੀ ਕੈਦ ਭੁਗਤ ਰਹੇ ਹਨ। ਵੇਖਿਆ ਗਿਆ ਹੈ ਕਿ ਸਭ ਤੋਂ ਵੱਡੀ ਪ੍ਰਸ਼ੰਸਾ ਉਹ ਕੰਮ ਕਰਨ ਚ ਹੁੰਦੀ ਹੈ ਜਿਸ ਬਾਰੇ ਲੋਕ ਕਹਿਣ ਤੁਸੀਂ ਇਹ ਨਹੀਂ ਕਰ ਸਕਦੇ। ਚੰਗੇ ਕੰਮ ਦੀ ਪਛਾਣ ਇਹ ਹੈ ਕਿ ਜਦੋਂ ਕੋਈ ਚੰਗਾ ਕੰਮ ਹੋ ਜਾਂਦਾ ਹੈ ਤਾਂ ਉਹਦੇ ਅਨੇਕਾਂ ਦਾਅਵੇਦਾਰ ਪੈਦਾ ਹੋ ਜਾਂਦੇ ਹਨ ਗਿਆਨੀ ਅਸੀਂ ਸਾਰੇ ਹੀ ਹਾਂ ਪਰ ਅੰਤਰ ਗਿਆਨ ਦਾ ਨਹੀਂ ਹੁੰਦਾ ਕੰਮ ਦਾ ਹੁੰਦਾ ਆਪਣੀ ਕੋਸ਼ਿਸ਼ ਵਿੱਚ ਪੂਰੇ ਦਾ ਪੂਰਾ ਕੌਣ ਸਫਲ ਹੁੰਦਾ ਹੈ ਲਗਨ ਵਾਲੇ ਮਨੁੱਖ ਦਾ ਉਦੇਸ਼ ਸਫਲ ਹੋਣਾ ਨਹੀਂ ਹੁੰਦਾ ਆਪਣੀ ਕੰਮ ਵਿੱਚੋਂ ਮਿਲਣ ਵਾਲੀ ਮੌਜ ਮਾਨਣਾ ਹੁੰਦਾ ਹੈ ਉਹ ਜ਼ਿੰਦਗੀ ਤੋਂ ਲੈਂਦਾ ਘੱਟ ਹੈ ਪਰ ਦਿੰਦਾ ਬਧੇਰੇ ਹੈ ਵੇਲ ਵਿੱਚੋਂ ਕੁਝ ਨਹੀਂ ਨਿਕਲਦਾ ماں ਬਣਦਿਆਂ ਇਸ ਤਰੀਕੇ ਦਰੇ ਦੀ ਕਿਦਰੇ ਪਹੁੰਚ ਜਾਂਦੀ ਹੈ ਆਪਣੇ ਆਪ ਨੂੰ ਭਰਿਆ ਭਰਿਆ ਅਨੁਭਵ ਕਰਦੀ ਹੈ ਕਿਉਂਕਿ ਉਸ ਨੂੰ ਅੰਤਾਂ ਦੇ ਰੁੱਝੇਵਿਆਂ ਦੀ ਅਮੀਰੀ ਮਿਲ ਜਾਂਦੀ ਹੈ ਰਾਹ ਭਾਵੇਂ ਗਲਤੀ ਹੋਵੇ ਪਰ ਜੀਵਨ ਭਰ ਚੌਰਾਹੇ ਤੇ ਖਲੋਤੇ ਰਹਿਣ ਨਾਲੋ ਟੁਰ ਹੀ ਪੈਣਾ ਚਾਹੀਦਾ ਵੇਖਿਆ ਗਿਆ ਹੈ ਕਿ ਲਗਨ ਮਨੁੱਖ ਨੂੰ ਉਲਟੀ ਦਿਸ਼ਾ ਵੱਲ ਲਿਜਾਈ ਨਹੀਂ ਸਕਦੀ ਮਨੁੱਖ ਉਸੇ ਕੰਮ ਨੂੰ ਠੀਕ ਕਰ ਸਕਦਾ ਜਿਸ ਵਿੱਚ ਉਹਦਾ ਭਰੋਸਾ ਹੁੰਦਾ ਕਿਸੇ ਕੰਮ ਲਈ ਬਿਵੇਕ ਰਹਿਨ ਜਾਗਿਆ ਉਤਸ਼ਾਹ ਲਗਨ ਖਵਾਉਂਦਾ ਹੈ ਲਗਨ ਨਾਲ ਕੀਤੇ ਕੰਮ ਦੀ ਨਾ ਕੇਵਲ ਪੱਧਰ ਉੱਚੀ ਹੁੰਦੀ ਹੈ ਸਗੋਂ ਉਸ ਵਿੱਚੋਂ ਮਿਲਣ ਵਾਲੀ ਤਸੱਲੀ ਵੀ ਵਧੇਰੇ ਹੁੰਦੀ ਹੈ ਲਗਨ ਨਾਲ ਕੀਤੇ ਕੰਮ ਵਿੱਚ ਥਕਾਵਟ ਨਹੀਂ ਹੁੰਦੀ ਸੁਹਾਗ ਰਾਤ ਦੋਹਾਂ ਤਰ੍ਹਾਂ ਦੀ ਲਗਨ ਦੀ ਉਦਾਹਰਣ ਹੈ ਜਦੋਂ ਕੋਈ ਵਿਅਕਤੀ ਲਗਨ ਨਾਲ ਉੱਤਮ ਦਰਜੇ ਦਾ ਕੰਮ ਕਰਨ ਲੱਗ ਪੈਂਦਾ ਹੈ ਤਾਂ ਉਸਤੇ ਥੱਲੇ ਦਰਜੇ ਦਾ ਕੰਮ ਦੂਜੇ ਲੋਕ ਆਪ ਮੁਹਾਰੇ ਸੰਭ ਲੈਂਦੇ ਹਨ ਜਦੋਂ ਕੋਈ ਇੱਕ ਵਿਅਕਤੀ ਉੰਤੀ ਕਰਦਾ ਹੈ ਤਾਂ ਉਹ ਦਾਲਾ ਦਵਾਲਾ ਉਸ ਦਾ ਪਰਿਵਾਰ ਉਸ ਦਾ ਮਹੱਲਾ ਉਹਦਾ ਸ਼ਹਿਰ ਅਤੇ ਦੇਸ਼ ਸਾਰੇ ਉੰਤੀ ਕਰਦੇ ਬਹੁਤੇ ਲੋਕ ਕੰਮ ਨੂੰ ਆਪਣੇ ਉੱਤੇ ਠੋਸੀ ਹੋਈ ਮਜਬੂਰੀ ਸਮਝਦੇ ਹਨ ਅਜਿਹੇ ਲੋਕਾਂ ਦੇ ਨਾ ਹੀ ਉਦੇਸ਼ ਸ਼ubh ਹੁੰਦੇ ਹਨ ਨਾ ਹੀ ਉਹਨਾਂ ਦੀਆਂ ਪ੍ਰਾਪਤੀਆਂ ਕਿਸੇ ਲੇਖੇ ਲੱਗਦੀਆਂ ਹਨ ਜਦੋਂ ਧਰਮ ਦਿਲ ਵਿੱਚੋਂ ਯਲਾਵਤਨ ਹੋ ਕੇ ਕੇਵਲ ਮੱਥਾ ਟੇਕਣ ਲਈ ਗੋਡਿਆਂ ਤੇ ਕੂਣੀਆਂ ਚ ਆਵਸਦਾ ਹੈ ਤਾਜਹੀ ਵਾਤਾਵਰਨ ਵਿੱਚ ਲੋਕ ਕੇਵਲ ਆਪਣੇ ਆਪ ਲਈ ਜਿਉਣ ਲੱਗ ਪੈਂਦੇ ਹਨ ਤੇ ਅਜਿਹੇ ਕਰਦੇ ਹਨ ਉਹ ਆਪਣੇ ਆਪ ਜੋਗੇ ਹੋ ਕੇ ਰਹਿ ਜਾਂਦੇ ਹਨ ਕਿਉਂਕਿ ਉਹ ਕੇਵਲ ਪੈਸੇ ਵਾਸਤੇ ਕੰਮ ਕਰਦੇ ਹਨ ਸੋ ਕੰਮ ਦੇ ਬਦਲੇ ਉਹਨਾਂ ਨੂੰ ਕੰਮ ਦੀ ਤਸੱਲੀ ਨਹੀਂ ਮਿਲਦੀ ਲਾਲਚ ਭਰੀ ਪਟਕਣ ਹੀ ਮਿਲਦੀ ਹੈ ਅਜੇ ਇਸ ਸਮਿਆਂ ਵਿੱਚ ਭਾਵੇਂ ਪਦਾਰਥਕ ਪਰਵਰਤਨ ਵਾਪਰਦਾ ਹੈ ਪਰ ਸભ્યਤਾ ਨਿੱਗਰਦੀ ਹੈ ਸਭਿਅਤਾ ਉਦੋਂ ਖਤਰੇ 'ਚ ਪੈ ਜਾਂਦੀ ਹੈ ਜਦੋਂ ਉਹਨਾਂ ਲੋਕਾਂ ਨੂੰ ਹੁਕਮ ਚਲਾਉਣ ਦਾ ਹੱਕ ਮਿਲ ਜਾਂਦਾ ਹੈ ਜਿਨ੍ਹਾਂ ਨੇ ਕਦੇ ਹੁਕਮ ਮੰਨਿਆ ਨਹੀਂ ਹੁੰਦਾ ਕੰਮ ਕੀਤਾ ਨਹੀਂ ਹੁੰਦਾ ਵੇਖਿਆ ਗਿਆ ਕਿ ਆਤਮਾ ਜਿੰਨੀ ਪ੍ਰੇਸ਼ਟ ਹੁੰਦੀ ਜਾਂਦੀ ਹੈ ਬੁੱਧੀ ਓਨੀ ਸੰਕੁਚਿਤ ਹੁੰਦੀ ਜਾਂਦੀ ਹੈ ਸੰਸਾਰ ਵਿੱਚ ਲਗਨ ਦੇ ਪੱਖੋਂ ਤਿੰਨ ਪ੍ਰਕਾਰ ਦੇ ਲੋਕ ਹਨ ਇੰਜਣ ਵਰਗੇ ਡੱਬਿਆਂ ਵਰਗੇ ਤੇ ਬ੍ਰੇਕਾਂ ਵਰਗੇ ਇਨ੍ਹਾਂ ਤਿੰਨਾਂ ਦੀ ਲਗਨ ਤੇ ਲਗਨ ਦੀ ਦਿਸ਼ਾ ਵੱਖਰੀ ਪ੍ਰਕਾਰ ਦੀ ਹੁੰਦੀ ਹੈ। ਇਹਨਾਂ ਦਾ ਵਿਕਾਸ ਵੀ ਵੱਖਰੀ ਪ੍ਰਕਾਰ ਦਾ ਹੁੰਦਾ ਹੈ। ਜਿੱਥੇ ਲਗਨ ਸੁੱੱਚੀ ਨਹੀਂ ਹੁੰਦੀ, ਉੱਥੇ ਚਲਾਕੀ ਦਾ ਰਾਜ ਹੁੰਦਾ ਹੈ। ਚਲਾਕੀ ਨਾਲ ਕਦੀ ਵੀ ਕੋਈ ਮਹਾਨ ਤੇ ਮਹੱਤਵਪੂਰਨ ਕੰਮ ਨਹੀਂ ਕੀਤਾ ਜਾ ਸਕਦਾ। ਖੋਟ ਦੇ ਲੜ ਲੱਗ ਕੇ ਕਿਸੇ ਉੱਚੇ ਨਿਸ਼ਾਨੇ 'ਤੇ ਨਹੀਂ ਅਪੜਿਆ ਜਾ ਸਕਦਾ। ਉਸ ਕੰਮ ਦੀ ਪੱਦਰਵੀ ਉੱਚੀ ਨਹੀਂ ਹੁੰਦੀ ਜਿਸ ਵਿੱਚ ਬਹੁਤ ਸਾਰੇ ਲੋਕ ਹੱਥ ਵਟਾਉਂਦੇ ਹਨ। ਕਿ ਕਿ ਅਜੇ ਕੰਮ ਵਿੱਚ ਚਲਾਕੀ ਲਾਪਰਵਾਹੀ ਅਤੇ ਗੈਰ ਜ਼ਿੰਮੇਵਾਰੀ ਦਾ ਆ ਜਾਣਾ ਸੁਭਾਵਕ ਹੈ ਇਸੇ ਕਰਕੇ ਸਹਿਕਾਰਤਾ ਲਹਿਰਾਂ ਸਫਲ ਨਹੀਂ ਹੁੰਦੀਆਂ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਲਗਨ ਨਾਲ ਕੰਮ ਭਾਵੇਂ ਕੋਈ ਵਿਅਕਤੀ ਇਕੱਲਿਆਂ ਕਰਦਾ ਹੈ ਪਰ ਉਸ ਵਿੱਚ ਅਨੇਕਾਂ ਲੋਕਾਂ ਦਾ ਅਚੇਤ ਯੋਗਦਾਨ ਵੱਸ਼ ਹੁੰਦਾ ਹੈ ਕੰਮ ਦੇ ਪੱਖੋਂ ਕੋਈ ਵੀ ਮਨੁੱਖੀ ਇਕੱਲਾ ਨਹੀਂ ਹੁੰਦਾ ਕਿਸੇ ਨੇ ਉਸ ਨੂੰ ਕੋਈ ਵਿਚਾਰ ਦਿੱਤਾ ਕਿਸੇ ਨੇ ਕੋਈ ਉਦਾਹਰਨ ਦੱਸੀ ਹੁੰਦੀ ਹੈ ਕਿਸੇ ਨੇ ਕੋਈ ਰਾਹ ਵਿਖਾਇਆ ਹੁੰਦਾ ਹੈ ਇਵੇਂ ਚੰਗਾ ਤੇ ਉੱਤਮ ਸਾਹਿਤ ਕਿਸੇ ਇੱਕ ਲੇਖਕ ਦੀ ਪ੍ਰਾਪਤੀ ਨਹੀਂ ਹੁੰਦਾ ਉਹ ਰਚਨਾ ਲਿਖੀ ਭਾਵੇਂ ਲੇਖਕ ਰਹਿ ਗਈ ਹੁੰਦੀ ਹੈ ਪਰ ਉਸ ਰਚਨਾ ਨੂੰ ਲਿਖਣ ਦਾ ਸਲੀ ਕਾਰਜ ਸਮੁੱਚੀ ਮਾਨਵ ਜਾਤੀ ਕਰਦੀ ਹੈ ਉਸ ਦੀ ਰਚਨਾ ਵਿੱਚ ਸਮੁੱਚੀ ਮਾਨਵ ਜਾਤੀ ਦਾ ਸਾਂਝਾ ਅਨੁਭਵ ਲਿਸ਼ਕੋਰ ਮਾਰਦਾ ਹੈ ਇਸੇ ਕਰਕੇ ਕਈ ਵਾਰੀ ਕਿਸੇ ਲੇਖਕ ਦੀ ਰਚਨਾ ਵਿੱਚ ਕਈ ਅਜੇ ਹੀ ਵਿਚਾਰ ਤੇ ਸੰਕਲਪ ਆਪਮੋਹਰੇ ਆ ਜਾਂਦੇ ਹਨ ਜਿਨ੍ਹਾਂ ਬਾਰੇ ਉਹ ਆਪ ਵੀ ਸੁਚੇਤ ਨਹੀਂ ਹੁੰਦਾ ਇਸ ਰੋਸ਼ਨੀ ਵਿੱਚ ਵੇਖਿਆ ਲਗਨ ਸਮੂੱਚੀ ਮਨੁੱਖੀ ਜਾਤੀ ਨਾਲ ਇੱਕ ਸੁਰ ਹੋਣ ਵਾਲਾ ਉਪਰਾਲਾ ਹੈ ਇਹ ਬੂੰਦ ਤੋਂ ਸਮੁੰਦਰ ਬਣ ਜਾਣ ਦਾ ਅਨੁਭਵ ਹੈ ਸਮੁੰਦਰ ਬਹੁਤ ਵੱਡਾ ਹੈ ਪਰ ਆਕਾਸ਼ ਸਮੁੰਦਰ ਤੋਂ ਵੀ ਵੱਡਾ ਹੈ ਪਰ ਆਕਾਸ਼ ਤੋਂ ਵੀ ਵੱਡੀ ਹੈ ਮਨੁੱਖ ਦੀ ਕਲਪਨਾ ਲਗਨ ਵਿੱਚ ਸੋਜੀ ਨਾਲੋਂ ਵੀ ਵੱਡਾ ਰੋਲ ਕਲਪਨਾ ਦਾ ਹੁੰਦਾ ਹੈ। ਅਫਸਰ ਲਗਣ ਵਾਲੇ ਵਿਅਕਤੀਆਂ ਦੇ ਪੱਖ ਵਿੱਚ ਭੁਗਤਦਾ ਹੈ। ਲਗਨ ਵਾਲਾ ਵਿਅਕਤੀ ਦਰਿਆ ਵਾਂਗ ਹੁੰਦਾ ਹੈ। ਉਹ ਰੁਕ ਨਹੀਂ ਸਕਦਾ। ਜੇ ਉਹਨੂੰ ਰਸਤਾ ਨਾ ਮਿਲੇ ਤਾਂ ਉਹ ਦਰਿਆ ਵਾਂਗ ਰਸਤਾ ਬਣਾ ਲੈਂਦਾ ਹੈ। ਗੁਲਾਬਾਂ ਦਾ ਕਦੇ ਵੀ ਮੀਂਹ ਨਹੀਂ ਵਰੇਗਾ। ਵਧੇਰੇ ਗੁਲਾਬਾਂ ਵਾਸਤੇ ਵਧੇਰੇ ਕਲਮਾਂ ਲਾਉਣੀਆਂ ਪੈਣਗੀਆਂ। ਮਾਨਵ ਜਾਤੀ ਦਾ ਵਿਕਾਸ ਸਦਾ ਮਿਹਨਤ ਵਿੱਚੋਂ ਲੰਘਿਆ ਹੈ ਲਗਨ ਵਾਲਾ ਵਿਅਕਤੀ ਆਪਣੇ ਕੰਮਾਂ ਨਾਲ ਹੀ ਆਪਣੇ ਆਪ ਨੂੰ ਬਹੁ ਗਿਣਤ ਕਰਦਾ ਹੈ ਜਿਹੜਾ ਅਧਿਆਪਕ ਆਪਣੇ ਵਿਦਿਆਰਥੀਆਂ ਦੀ ਨਜ਼ਰ ਉੱਚੀ ਕਰਨੀ ਚਾਹੁੰਦਾ ਹੈ ਤੇ ਉਹਨਾਂ ਨੂੰ ਉੱਚਾ ਚੁੱਕਣਾ ਚਾਹੁੰਦਾ ਹੈ ਤਾਂ ਜ਼ਰੂਰੀ ਹੈ ਕਿ ਉਹ ਪਹਿਲਾਂ ਆਪ ਉੱਚਾ ਹੋਵੇ ਅਤੇ ਉੱਚੀ ਥਾਂ ਤੇ ਖਲੋਤਾ ਹੋਵੇ ਨਿਸ਼ਚਿਤ ਜਿੱਤ ਲਈ ਤਾਂ ਕੋਈ ਬੁzdਿਲ ਵੀ ਲੜ ਸਕਦਾ ਪਰ ਜਿਹੜਾ ਹਾਰ ਨਿਸ਼ਚਿਤ ਹੋਣ ਤੇ ਵੀ ਲੜੇ ਉਹ ਅਸੂਲਾਂ ਵਾਲਾ ਬੰਦਾ ਹੁੰਦਾ ਅਸੂਲ ਇਨਸਾਨ ਦੀ ਬੁਨਿਆਦ ਹਨ ਇਸੇ ਕਰਕੇ ਕਹਿੰਦੇ ਹਨ ਇਨਸਾਫ ਹੋਣ ਦੇਵੋ ਭਾਵੇਂ ਆਕਾਸ਼ ਡਿੱਗ ਪਈ ਅਸੂਲ ਵਾਲੇ ਵਿਅਕਤੀ ਲਈ ਸੱਚ ਕਹਿ ਦੇਣਾ ਹੀ ਉਹਦੇ ਮੁਖਾਲ ਕਰਨ ਦਾ ਤਰੀਕਾ ਹੁੰਦਾ ਹੈ ਅਸੂਲ ਵਾਲੇ ਬੰਦੇ ਰੁਕਾਵਟਾਂ ਨਾਲ ਰੁਕਿਆ ਨਹੀਂ ਕਰਦੇ ਸਗੋਂਾਂ ਦਾ ਵੇਗ ਹੋਰ ਵੱਧ ਜਾਂਦਾ ਹੈ ਅਸੂਲ ਹੋਣੇ ਮਨੁੱਖੀ ਚਰਿੱਤਰ ਦਾ ਇੱਕ ਗੁਣ ਹੈ ਗੁਣ ਸਭ ਥਾਵਾਂ ਤੇ ਆਪਣਾ ਮਾਣ ਕਰਵਾ ਲੈਂਦਾ ਹੈ ਅਸੂਲ ਦੀ ਅਨਹੋਂਦ ਕੁਮੰਡ ਸਿਰਜਦੀ ਹੈ ਅਤੇ ਕੁਮੰਡ ਵਿੱਚ ਵਿਅਕਤੀ ਫੁੱਲਦਾ ਹੈ ਫੈਲਦਾ ਨਹੀਂ ਹੈਰਾਨੀ ਦੀ ਗੱਲ ਹੈ ਕਿ ਲੋਕ ਆਪਣੇ ਜੀਵਨ ਨੂੰ ਲੰਮਾ ਤਾਂ ਕਰਨਾ ਚਾਹੁੰਦੇ ਹਨ ਪਰ ਉਸ ਨੂੰ ਅਸੂਲਾਂ ਉੱਤੇ ਉਸਾਰਨਾ ਨਹੀਂ ਚਾਹੁੰਦੇ ਮੌਤ ਤੋਂ ਪਹਿਲਾਂ ਕੋਈ ਸ਼ਹੀਦ ਅਮਰ ਨਹੀਂ ਹੁੰਦਾ ਲੋਕਾਂ ਵਿੱਚ ਸ਼ਹੀਦ ਹੋਣ ਦੀ ਇਭਿਲਾਸ਼ਾ ਨਹੀਂ ਹੁੰਦੀ ਪਰ ਅਮਰ ਹੋਣਾ ਚਾਹੁੰਦੇ ਹਨ ਬਹੁਤੇ ਲੋਕ ਕੰਮ ਕਰਨ ਤੋਂ ਬਿਨਾਂ ਹੀ ਸਫਲ ਹੋਣਾ ਚਾਹੁੰਦੇ ਹਨ ਇਵੇਂ ਹੀ ਬਹੁਤੇ ਲੋਕ ਸਵਰਗ ਤਾਂ ਜਾਣਾ ਚਾਹੁੰਦੇ ਹਨ ਪਰ ਮਰਨ ਲਈ ਤਿਆਰ ਨਹੀਂ ਹੁੰਦੇ ਕੇਵਲ ਕੰਮ ਨਾਲ ਅਸੀਂ ਕਿਸੇ ਨਿਸ਼ਾਨੇ ਤੇ ਨਹੀਂ ਅਪੜ ਸਕਦੇ ਸਾਨੂੰ ਨਿਸ਼ਾਨੇ ਤੇ ਲੈ ਜਾਣ ਦਾ ਕਾਰਜ ਸਾਡੀ ਲਗਨ ਕਰਦੀ ਹੈ ਲਗਨ ਇੱਕ ਸਧਾਰਨ ਕੰਮੇ ਨੂੰ ਵੀ ਕਲਾਕਾਰ ਬਣਾ ਦਿੰਦੀ ਹੈ ਕਲਾਕਾਰ ਆਪਣੇ ਕੰਮ ਨੂੰ ਪਿਆਰ ਕਰਦੇ ਹਨ ਜਦੋਂ ਕਿ ਸਧਾਰਨ ਕਾਮਾ ਨਾ ਕੇਵਲ ਆਪਣੇ ਕੰਮ ਵਿੱਚ ਦਿਲਚਸਪੀ ਲੈਂਦਾ ਸਗੋਂ ਕੰਮ ਨੂੰ ਨਫ਼ਰਤ ਵੀ ਕਰਦਾ ਹੈ ਵੇਖਿਆ ਗਿਆ ਹੈ ਕਿ ਜਦੋਂ ਕੋਈ ਵਿਅਕਤੀ ਆਪਣੀ ਪਸੰਦ ਦੇ ਕੰਮ ਵਿੱਚ ਰੁੱਝਾ ਹੋਵੇ ਤਾਂ ਨਾ ਕੇਵਲ ਉਸ ਕੰਮ ਨੂੰ ਵਧੇਰੇ ਲੰਮਾ ਸਮਾਂ ਕਰਦਾ ਰਹਿੰਦਾ ਹੈ ਸਗੋਂ ਉਹਨੂੰ ਥੱਕੇਮਾਂ ਵੀ ਨਹੀਂ ਹੁੰਦਾ ਪਰ ਜਦੋਂ ਸਾਨੂੰ ਕੋਈ ਅਜਿਹਾ ਕੰਮ ਕਰਨਾ ਪਵੇ ਜਿਸ ਚ ਰੁਚੀ ਨਾ ਹੋਵੇ ਤਾਂ ਨਾ ਕੇਵਲ ਥਕਾਵਟ ਵੱਧ ਹੁੰਦੀ ਹੈ ਸਗੋਂ ਕੰਮ ਵੀ ਨਹੀਂ ਨਿਭੜਦਾ ਤੇ ਉਸ ਕੰਮ ਦੀ ਪੱਧਰ ਵੀ ਉੱਚੀ ਨਹੀਂ ਹੁੰਦੀ ਅਕਸਰ ਵੇਖਿਆ ਗਿਆ ਹੈ ਕਿ ਜਿਹੜਾ ਕੰਮ ਸਾਨੂੰ ਨਿਰਬਾਂਧ ਦੀ ਮਜਬੂਰੀ ਅਧੀਨ ਕਰਨਾ ਪਵੇ ਉਹ ਨੀਰਸ ਹੋ ਜਾਂਦਾ ਹੈ ਅਧਿਆਪਕ ਜਾਣਦੇ ਹਨ ਕਿ ਬੜੀਆਂ ਦਿਲਚਸਪ ਪੁਸਤਕਾਂ ਜਦੋਂ ਸਿਲੇਬਸ ਵਿੱਚ ਲੱਗ ਜਾਂਦੀਆਂ ਹਨ ਤਾਂ ਉਹ ਵੀ ਬੜੀਆਂ ਨੀਰਸ ਹੋ ਨਿਬੜਦੀਆਂ ਹਨ ਹਰ ਇੱਕ ਵਿਅਕਤੀ ਆਪਣੇ ਕੰਮ ਵਿੱਚਲੀ ਦਿਲਚਸਪੀ ਦੇ ਅਨੁਪਾਤ ਵਿੱਚ ਹੀ ਲਾਇਕ ਜਾਂ ਨਾਲਾਇਕ ਸੁਸਤ ਜਾਂ ਚੁਸਤ ਅਤੇ ਫੁਰਤੀਲਾ ਜਾਂ ਕਮਜ਼ੋਰ ਹੁੰਦਾ ਹੈ ਲਗਨ ਵਾਸਤਵ ਵਿੱਚ ਆਪਣੇ ਕੰਮ ਵਿੱਚ ਦਿਲਚਸਪੀ ਦਾ ਹੀ ਦੂਜਾ ਨਾਂ ਹੈ ਲਗਨ ਅਤੇ ਦਿਲਚਸਪੀ ਨਾਲ ਕੀਤਾ ਕੰਮ ਸੌਖਾ ਹੋ ਜਾਂਦਾ ਹੈ। ਕਈ ਵਾਰੀ ਕਿਸੇ ਦੁਕਾਨ ਉੱਤੇ ਅਸੀਂ ਕੋਈ ਚੀਜ਼ ਖਰੀਦਣੀ ਨਹੀਂ ਹੁੰਦੀ ਪਰ ਦੁਕਾਨਦਾਰ ਦੀ ਲਗਨ ਸਾਨੂੰ ਖਰੀਦਣ ਲਈ ਮਜਬੂਰ ਕਰ ਦਿੰਦੀ ਹੈ। ਲਗਨ ਨਾਲ ਕੀਤੇ ਕੰਮ ਦੀ ਪਛਾਣ ਇਹ ਹੈ ਕਿ ਜਿੰਨੇ ਸਾਨੂੰ ਕਿਸੇ ਕੰਮ ਦੇ ਪੈਸੇ ਮਿਲਦੇ ਹਨ ਅਸੀਂ ਉਸ ਤੋਂ ਵਧੇਰੇ ਕੰਮ ਕਰਦੇ ਹਾਂ। ਜਿਸ ਨੂੰ ਅਸੀਂ ਪਿਆਰ ਕਰਦੇ ਹਾਂ ਉਸ ਦਾ ਕੋਈ ਕੰਮ ਕੀਤਿਆਂ ਵੀ ਸਾਨੂੰ ਥਕਾਵਟ ਨਹੀਂ ਹੁੰਦੀ। ਜਦੋਂ ਕੰਮ ਵਿੱਚ ਪਿਆਰ ਸ਼ਾਮਲ ਹੋ ਜਾਏ ਤਾਂ ਉਸਦੀ ਪੱਦਰ ਤੇ ਉਸਦਾ ਰੰਗ ਬਦਲ ਜਾਂਦੇ ਹਨ ਦੂਜੇ ਦੀ ਆਸ ਨਾਲੋਂ ਵੱਧ ਪਿਆਰ ਕਰਨਾ ਪਿਆਰ ਦੇ ਸੁਮੂੱਚੇ ਅਨੁਭਵ ਦਾ ਆਧਾਰ ਹੈ ਪ੍ਰੇਮਿਕਾ ਨੂੰ ਆਪਣੇ ਪ੍ਰੇਮੀ ਦੀ ਜਿੰਨੀ ਉਡੀਕ ਕਰਨੀ ਚਾਹੀਦੀ ਹੈ ਉਹ ਉਸ ਤੋਂ ਵੱਧ ਉਡੀਕ ਕਰਦੀ ਹੈ ਪ੍ਰੇਮੀ ਨੂੰ ਆਪਣੀ ਪ੍ਰੇਮਿਕਾ ਲਈ ਜਿੰਨੀ ਕੁਰਬਾਨੀ ਕਰਨੀ ਚਾਹੀਦੀ ਹੈ ਉਹ ਉਸ ਤੋਂ ਵੱਧ ਕੁਰਬਾਨੀ ਕਰਦਾ ਹੈ ਮਾਂ, ਪੈਣ, ਪਤਨੀ ਆਦ ਦੀ ਰਿਸ਼ਤੇ ਨਿੱਗੇ ਹੀ ਤਾਂ ਹਨ ਕਿਉਂਕਿ ਇਹਨਾਂ ਰਾਹੀਂ ਆਸ ਨਾਲੋਂ ਵੱਧ ਮੋਹ, ਪਿਆਰ, ਸਨੇਹ ਵਿਖਾਇਆ ਜਾਂਦਾ ਹੈ। ਪਿਤਾ, ਪੁੱਤਰ, ਭਰਾ ਤੇ ਪਤੀ ਦੇ ਰਿਸ਼ਤੇ ਵੀ ਇਸੇ ਲਈ ਚੰਗੇ ਲੱਗਦੇ ਹਨ ਕਿਉਂਕਿ ਇਸਤਰੀ ਨੂੰ ਇਹਨਾਂ ਤੋਂ ਜਿੰਨੀ ਰੱਖਿਆ, ਸੁਰੱਖਿਆ ਦੀ ਆਸ ਹੁੰਦੀ ਹੈ, ਇਹ ਰਿਸ਼ਤੇ ਉਸ ਤੋਂ ਵੱਧ ਤਤਪਰ ਰਹਿੰਦੇ ਹਨ। ਪਿਆਰ ਦੇ ਖੇਤਰ ਵਿੱਚ ਇਸਤਰੀ ਦੀ ਸਰਦਾਰੀ ਹੈ। ਪੁਰਸ਼ ਇਸ ਕਿੱਟਰ ਵਿੱਚ ਇਸਤਰੀ ਦੇ ਬਰਾਬਰ ਨਹੀਂ ਤੁਲ ਸਕਦਾ। ਵੇਖਿਆ ਗਿਆ ਕਿ ਇਸਤਰੀ ਕਿ ਪੁਰਸ਼ ਥੋੜਾ ਪਿਆਰ ਕਰਦੇ ਹਨ ਪਰ ਕਰਦੇ ਕਈ ਵਾਰ ਹਨ ਪਰ ਇਸਤਰੀ ਬਹੁਤ ਪਿਆਰ ਕਰਦੀ ਹੈ ਪਰ بار بار ਨਹੀਂ ਕਰਦੀ। ਇਸਤਰੀ ਜਦੋਂ ਆਪਣੇ ਦਿਲ ਦੇ ਮਹਿਮਾਨ ਲਈ ਆਪਣੇ ਪਿਆਰ ਦੀਆਂ ਪਿੰਨੀਆਂ ਬਣਾਉਂਦੀ ਹੈ ਤਾਂ ਉਹ ਆਪਣੀਆਂ ਭਾਵਨਾਵਾਂ ਦਾ ਜੋੜਿਆ ਸਾਰਾ ਘਿਓ ਇਹਨਾਂ ਵਿੱਚ ਪਾ ਦਿੰਦੀ ਹੈ। ਪ੍ਰੇਮੀ ਦੇ ਬੇਦਾਵਾ ਲਿਖ ਜਾਣ ਮਗਰੋਂ ਵੀ ਇਸਤਰੀ ਉਸ ਨੂੰ ਉਡੀਕਦੀ ਰਹਿੰਦੀ ਹੈ। ਇਸ ਲਈ ਹੈ ਕਿਉਂਕਿ ਇਸਤਰੀ ਸਦਾ ਹੀ ਵਧੇਰੇ ਲਗਨ ਵਾਲੀ ਤੇ ਵਧੇਰੇ ਆਸਵੰਦ ਹੁੰਦੀ ਹੈ। ਸੋ ਵਾਧੇ ਦਾਇ ਨੀਮ ਲਗਨ ਦੀ ਨਹੀਂ ਹੈ। ਦੂਜੇ ਦੀ ਆਸ ਨਾਲੋਂ ਵੱਧ ਕੰਮ ਕਰਨਾ ਸੰਭਵ ਹੀ ਉਦੋਂ ਹੁੰਦਾ ਹੈ ਜਦੋਂ ਸਾਨੂੰ ਲਗਨ ਦੀ ਜਾਗ ਲੱਗ ਜਾਏ। ਵੇਖਿਆ ਗਿਆ ਕਿ ਜਿਹੜੇ ਕੰਮ ਅਸੀਂ ਆਪਣੀ ਮਰਜ਼ੀ ਨਾਲ ਕਰਨਾ ਚਾਹੁੰਦੇ ਹਾਂ ਉਸ ਬਾਰੇ ਜਾਨੂਆਂ ਤੇ ਪਰਿਵਾਰ ਦੇ ਜੀਆਂ ਆਦ ਦੀ ਰਾਏ ਸਾਡੀ ਰਾਏ ਦੇ ਵਿਰੁੱਧ ਹੁੰਦੀ ਹੈ। ਉਹ ਸਾਨੂੰ ਝਟਪਟ ਤੇ ਵੱਧ ਤੋਂ ਵੱਧ ਕਮਾਉਣ ਲਈ ਪ੍ਰੇਰਦੇ ਹਨ ਜਦੋਂ ਕਿ ਅਸੀਂ ਕੰਮ ਵਿੱਚੋਂ ਮਿਲਣ ਵਾਲੀ ਵੱਧ ਤੋਂ ਵੱਧ ਤਸੱਲੀ ਵੱਲ ਰੁਚਿਤ ਹੁੰਦੇ ਹਾਂ। ਆਪਣੇ ਮਨਪਸੰਦੇ ਕੰਮ ਵਿੱਚ ਰੁਕਾਵਟਾਂ ਆਉਣਗੀਆਂ ਤੇ ਰੁਕਾਵਟਾਂ ਪਾਈਆਂ ਜਾਣਗੀਆਂ। ਮੁੱਢ ਵਿੱਚ ਮਾਇਕ ਲਾਭ ਨਾ ਹੋਣ ਦੇ ਬਰਾਬਰ ਹੋਏਗਾ ਪਰ ਲੰਬੇ ਅਰਸੇ ਤੇ ਜਦੋਂ ਮਾਇਕ ਲਵ ਨੂੰ ਫੈਲਾ ਕੇ ਵੇਖਾਂਗੇ ਤਾਂ ਮਾਇਕ ਲਵ ਵੀ ਘਟ ਨਹੀਂ ਹੋਏਗਾ ਜਦੋਂ ਕਿ ਮਨਪਸੰਦ ਦੇ ਕੰਮ ਵਿੱਚੋਂ ਮਿਲਣ ਵਾਲੀ ਖੁਸ਼ੀ ਵਧੂ ਹੋਏਗੀ ਮਨਪਸੰਦ ਦੇ ਕੰਮ ਦੀ ਪੱਧਰ ਲਗਨ ਕਾਰਨ ਸਦਾ ਉੱਚੀ ਹੁੰਦੀ ਹੈ ਜੇ ਤੁਸੀਂ ਆਪਣੀ ਮਨਪਸੰਦ ਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਮੁੱਢ ਵਿੱਚ ਕੁਝ ਸਾਖ ਸੰਬੰਧੀ ਜ਼ਰੂਰ ਨਿਰਾਸ਼ ਹੋਣਗੇ ਸਾਡੇ ਪਿਆਰੇ ਨਾਨਕ ਦੇ ਪਿਤਾ ਵੀ ਆਪਣੇ ਪੁੱਤਰ ਤੋਂ ਸਦਾ ਨਿਰਾਸ਼ ਤੇ ਪਰੇਸ਼ਾਨ ਹੀ ਰਹੇ ਸਨ ਜਦੋਂ ਕੋਈ ਵਿਅਕਤੀ ਸਫਲ ਹੋ ਜਾਂਦਾ ਹੈ ਤਾਂ ਸਾਰੇ ਵਿਰੋਧੀ ਸਹਿਯੋਗੀ ਬਣ ਜਾਂਦੇ ਹਨ ਅਤੇ ਤੁਹਾਡੇ ਮੂਡ ਦੇ ਵਿਰੋਧੀ ਤੁਹਾਡੇ ਸਭ ਤੋਂ ਵੱਡੇ ਪ੍ਰਸ਼ੰਸਕ ਹੋ ਨਿਬੜਦੇ ਹਨ ਸਫਲਤਾ ਸਮੱਸਿਆਵਾਂ ਨੂੰ ਮੌਕਿਆਂ 'ਚ ਬਦਲਣ ਦਾ ਹੁਨਰ ਸਿਖਾ ਦਿੰਦੀ ਹੈ ਜਦੋਂ ਤੁਸੀਂ ਪ੍ਰਸਿੱਧ ਹੋ ਜਾਂਦੇ ਹੋ ਤਾਂ ਤੁਹਾਡੀ ਰਫ਼ਤਾਰ ਵਧਾਉਣ ਲਈ ਲੋਕ ਆਪ ਹੀ ਰਾਹ ਛੱਡ ਦਿੰਦੇ ਹਨ ਤੁਸੀਂ ਵੇਖਿਆ ਹੋਵੇਗਾ ਕਿ ਵਿਆਹ ਵਿੱਚ ਲਾੜਾ ਤੇ ਦੁਲਹਨ ਜਿੱਧਰੋਂ ਲੰਘਣ ਲੋਕ ਰਾਹ ਛੱਡ ਦਿੰਦੇ ਹਨ ਇਸ ਲਈ ਹੁੰਦਾ ਕਿਉਂਕਿ ਉਹਨਾਂ ਦੀ ਸਫਲਤਾ ਵਿੱਚ ਕੋਈ ਸ਼ੱਕ ਨਹੀਂ ਰਹਿ ਗਿਆ ਹੁੰਦਾ ਟ੍ਰੈਫਿਕ ਵਾਲੇ ਸਿਪਾਹੀ ਵੀ ਦੁਲਹਨ ਦਾ ਚੂੜਾ ਵੇਖ ਕੇ ਉਹਦੇ ਖਾਵਨ ਦਾ ਚਲਾਨ ਨਹੀਂ ਕਰਦੇ ਸਫਲਤਾ ਦੀ ਹਰ ਥਾਂ ਪ੍ਰਸ਼ੰਸਾ ਹੁੰਦੀ ਹੈ ਸਫਲਤਾ ਸਾਡੇ ਵਿੱਚ ਸਵੈ ਵਿਸ਼ਵਾਸ ਸਿਰਜਦੀ ਹੈ ਆਪਣੀ ਮਨਪਸੰਦ ਦੇ ਕੰਮ ਦੇ ਮੋਢ ਵਿੱਚ ਕਈ ਅਸਫਲਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਯਾਦ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਸਫਲ ਵਿਅਕਤੀ ਪਹਿਲੀ ਵਾਰੀ ਸਫਲ ਨਹੀਂ ਹੋਇਆ ਹੁੰਦਾ ਹਰ ਇੱਕ ਸਫਲ ਵਿਅਕਤੀ ਨੂੰ ਅਨੇਕਾਂ ਹਾਰਾਂ ਵਿੱਚੋਂ ਲੰਘਣਾ ਪੈਂਦਾ ਹੈ ਹੌਸਲਾ ਹਾਰਾਂ ਵਿੱਚੋਂ ਉੱਭਜਦਾ ਹੈ ਤੇ ਇਹ ਅਸਫਲਤਾ ਵੇਲੇ ਹੀ ਕੰਮ ਆਉਂਦਾ ਹੈ ਹਾਰ ਅਤੇ ਸਫਲਤਾ ਤੁਹਾਡੀ ਲਗਨ ਦਾ ਇਮਤਿਹਾਨ ਹਨ ਕੋਈ ਵੀ ਕੰਮ ਭਾਵੇਂ ਮੁਫਤੀ ਕਿਉਂ ਨਾ ਕੀਤਾ ਗਿਆ ਹੋਵੇ ਅਜਾਈ ਨਹੀਂ ਜਾਂਦਾ ਮੁੱਫਤ ਵਿੱਚ ਕੀਤੇ ਕੰਮ ਸਾਡੀ ਸਾਖ ਵਧਾਉਂਦੇ ਹਨ ਜਿਹੜਾ ਵਿਅਕਤੀ ਮਿਲਣ ਵਾਲੇ ਪੈਸਿਆਂ ਨਾਲੋਂ ਵਧੇਰੇ ਕੰਮ ਕਰਦਾ ਹੈ ਉਸ ਨੂੰ ਲਾਭ ਵੀ ਵਧੇਰੇ ਪ੍ਰਾਪਤ ਹੁੰਦਾ ਹੈ ਉਸ ਕੋਲ ਗਾਹਕਾਂ ਦੀ ਭੀੜ ਲੱਗ ਜਾਏਗੀ ਅਜਿਹੀ ਮਨੁੱਖ ਨੂੰ ਵੇਖਣ ਵਾਸਤੇ ਦੂਰੋਂ ਦੂਰੋਂ ਲੋਕ ਆਉਣਗੇ ਕੁਦਰਤ ਵਿੱਚ ਵੀ ਇਹੀ ਨੇਮਕਾਰਜਸ਼ੀਲ ਹੈ ਧਰਤੀ ਬੀਜ ਲੈ ਕੇ ਦਰਖਤ ਦਿੰਦੀ ਹੈ ਗੁੱਠਲੀ ਲੈ ਕੇ ਅੰਬ ਮੋੜਦੀ ਹੈ ਜਿਹੜੀ ਬਾਹ ਤੇ ਹੱਥ ਅਸੀਂ ਵਧੇਰੇ ਵਰਤਦੇ ਆ ਉਹੀ ਬਾਹ ਤੇ ਹੱਥ ਕੇਵਲ ਵਧੇਰੇ ਕੰਮ ਹੀ ਨਹੀਂ ਕਰਦੇ ਚੰਗੇਰਾ ਕੰਮ ਵੀ ਕਰਦੇ ਹਨ ਚੰਗੇ ਮਾਲਕ ਨਾਲ ਚੰਗੇ ਅਫਸਰ ਨਾਲ ਚੰਗੇ ਪਤੀ ਆਦ ਨਾਲ ਤਾਂ ਹਰ ਕੋਈ ਗੁਜ਼ਾਰਾ ਕਰ ਸਕਦਾ ਹੈ ਤੁਹਾਡੀ ਯੋਗਤਾ ਇਸ ਗੱਲ ਵਿੱਚ ਹੈ ਕਿ ਭਾੜੇ ਵਿਅਕਤੀ ਦਾ ਕੰਮ ਵੀ ਤੁਸੀਂ ਪੂਰੀ ਲਗਨ ਨਾਲ ਕਰੋ ਤੇ ਰੱਬ ਉਤੇ ਕਰਜ਼ਾ ਛਾੜ ਦਿਓ ਸ਼ਕਤੀ ਵਿਰੋਧੀ ਹਾਲਤਾਂ ਵਿੱਚ ਵਿਚਰਨ ਨਾਲ ਹੀ ਉਪਜੇਗੀ ਸ਼ਕਤੀਸ਼ਾਲੀ ਦਰਖਤ ਉਹ ਹੁੰਦਾ ਜਿਹੜਾ ਇਕੱਲਾ ਖਲੋਤਾ ਹਨੇਰੀਆਂ ਤੇ ਤੂਫਾਨਾਂ ਨੂੰ ਸੱਦਾ ਦਿੰਦਾ ਹੈ। ਅਜਿਹੇ ਦਰਖਤ ਵਿੱਚ ਤੂਫਾਨੀ ਸੰਜਮ ਹੁੰਦਾ ਹੈ। ਹਰ ਤੂਫਾਨ ਉਸ ਨੂੰ ਉਖਾੜਨ ਦੀ ਲੜਾਈ ਲੜਦਾ ਹੈ ਜਦੋਂ ਕਿ ਉਹ ਹਰ ਤੂਫਾਨ ਵਿੱਚੋਂ ਵਧੇਰੇ ਸ਼ਕਤੀਸ਼ਾਲੀ ਹੋ ਕੇ ਨਿਕਲਦਾ ਹੈ। ਮਾਪਿਆਂ ਦਾ ਫਰਜ਼ ਹੈ ਕਿ ਉਹ ਆਪਣੀ ਸੰਤਾਨ ਨੂੰ ਜ਼ਿੰਦਗੀ ਦੀ ਪਹਿਲੀ ਕਤਾਰ ਵਿੱਚ ਬੈਠਣ ਦਾ ਸਹਿਜ ਹੁਨਰ ਸਿਖਾਉਣ। ਅਧਿਆਪਕਾਂ ਦਾ ਕਰਤਵ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਸਿਖਾਉਣ ਕਿ ਜਦੋਂ ਸਾਰੇ ਥੱਕ ਜਾਣ ਤਾਂ ਵੀ ਉਹਨਾਂ ਵਿੱਚ ਕੁਝ ਹੋਰ ਕਦਮ ਹੋਰ ਚੱਲਣ ਦੀ ਹਿੰਮਤ ਹੋਣੀ ਚਾਹੀਦੀ ਹੈ ਸਾਡਾ ਸਾਰਿਆਂ ਦਾ ਇਹ ਸਾਂਝਾ ਧਰਮ ਹੈ ਕਿ ਅਸੀਂ ਅਗਲੀ ਪੀੜ੍ਹੀ ਨੂੰ ਮਿਲਣ ਵਾਲੀ ਉਜਰਤ ਦੇ ਮੁਕਾਬਲੇ ਪੱਧਰ ਅਤੇ ਗਿਣਤੀ ਦੇ ਪੱਖੋਂ ਵਧੇਰੇ ਕੰਮ ਕਰਨ ਦੀ ਜਾਤ ਸਿਖਾਈਏ ਜਦੋਂ ਕੰਮਾਂ ਚੰਗਾ ਹੋਵੇ ਤਾਂ ਮਾਲਕਾਪੇ ਚੰਗਾ ਹੋ ਜਾਂਦਾ ਹੈ ਜਦੋਂ ਸੰਤਾਨ ਲਾਇਕ ਹੋਵੇ ਸਮਾਪੇ ਸਿਆਣੇ ਹੋ ਜਾਂਦੇ ਹਨ ਆਲੇ ਦੁਆਲੇ ਝਾਤ ਮਾਰ ਕੇ ਵੇਖੋ ਤੁਹਾਨੂੰ ਜਾਣਨ ਵਿੱਚ ਦੇਰ ਨਹੀਂ ਲੱਗੇਗੀ ਕਿ ਕੁਝ ਹੀ ਲੋਕ ਸਫਲ ਕਿਉਂ ਹੋ ਰਹੀ ਹਨ ਅਤੇ ਬਹੁਤੇ ਅਸਫਲ ਹੀ ਕਿਉਂ ਹੋਈ ਜਾ ਰਹੇ ਹਨ ਕਾਮੇ ਦੀ ਆਸ ਨਾਲੋਂ ਉਸ ਨੂੰ ਵਧੇਰੇ ਤਨਖਾਹ ਦੇਣ ਦਾ ਅਸੂਲ ਵੀ ਮਾਲਕ ਦੀ ਸਫਲਤਾ ਦਾ ਭੇਤ ਹੋ ਨਿਬੜਦਾ ਹੈ ਕਾਮੇ ਨੂੰ ਉਦੀ ਆਸ ਨਾਲੋਂ ਵੱਧ ਤਨਖਾਹ ਦੇ ਕੇ ਮਾਲਕ ਆਪਣਾ ਮੁਨਾਫਾ ਸਹਿਜ ਹੀ ਵਧਾ ਸਕਦੇ ਹਨ ਜਿਹੜੀਆਂ ਕੰਪਨੀਆਂ ਵੱਧ ਤਨਖਾਹਾਂ ਦਿੰਦੀਆਂ ਹਨ ਉਹੀ ਵਧੇਰੇ ਮੁਨਾਫਾ ਕਮਾਉਂਦੀਆਂ ਹਨ ਅਜੇ ਕੰਮੇ ਜਿੱਥੇ ਵੀ ਹੋਣਗੇ ਉਹ ਮਾਲਕ ਦੀ ਆਸ ਨਾਲੋਂ ਵਧੇਰੇ ਜ਼ਿੰਮੇਵਾਰੀਆਂ ਦਾ ਬੋਝ ਆਪੇ ਚੁੱਕ ਲੈਣਗੇ ਇਸ ਅਸੂਲ ਦੀਆਂ ਉਦਾਹਰਣਾਂ ਦੇਣੀਆਂ ਤੁਹਾਡੀ ਅਕਲ ਉੱਤੇ ਸ਼ੱਕ ਕਰਨ ਵਾਲੀ ਗੱਲ ਹੋਏਗੀ ਕੋਈ ਵੀ ਵਿਅਕਤੀ ਦੂਜਿਆਂ ਦੇ ਸਹਿਯੋਗ ਤੋਂ ਬਿਨਾਂ ਨਾ ਅੱਗੇ ਜਾ ਸਕਦਾ ਹੈ ਨਾ ਉੱਪਰ ਉੱਠ ਸਕਦਾ ਜਿੰਨਾ ਕੋਈ ਵੱਡਾ ਆਗੂ ਹੁੰਦਾ ਹੈ ਉਸ ਨੂੰ ਓਨੇ ਹੀ ਵਧੇਰੇ ਲੋਕਾਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ ਦੂਜਿਆਂ ਤੇ ਦੋਸ਼ ਲਾਉਣ ਦੀ ਆਦਤ ਕਾਰਨ ਅਸੀਂ ਉਹਨਾਂ ਦੇ ਸਹਿਯੋਗ ਤੋਂ ਵਿਰਵੇ ਰਹਿ ਜਾਂਦੇ ਹਾਂ ਦੋਸ਼ ਲਾਉਣਾ ਪ੍ਰਸ਼ੰਸਾ ਕਰਨ ਨਾਲੋਂ ਸੌਖਾ ਕੰਮ ਹੈ ਪ੍ਰਸ਼ੰਸਾ ਕਰਨ ਦੀ ਸ਼ਕਤੀ ਜ਼ਿੰਦਗੀ ਦੇ ਤਜਰਬੇ ਵਿੱਚੋਂ ਉਪਜਦੀ ਹੈ ਜ਼ਿੰਦਗੀ ਦਾ ਤਜਰਬਾ ਜ਼ਿੰਦਗੀ ਵਿੱਚੋਂ ਹੀ ਪ੍ਰਾਪਤ ਹੋਏਗਾ ਇਸ ਨੂੰ ਖਰੀਦਿਆ ਨਹੀਂ ਜਾ ਸਕਦਾ ਚਰਿੱਤਰ ਦਾ ਨਿਰਮਾਣ ਇਮਾਨਦਾਰ ਤੇ ਲਗਨਪਰੀ ਮਿਹਨਤ ਵਿੱਚੋਂ ਹੀ ਹੋਏਗਾ ਮਿਹਨਤ ਦਾ ਅਸਲੀ ਫਲ ਧਨ ਨਹੀਂ ਗਿਆਨ ਤੇ ਚਰਿੱਤਰ ਹਨ ਜਿਨ੍ਹਾਂ ਵਿੱਚ ਮਿਹਨਤ ਭਰੀ ਲਗਨ ਦਾ ਗੁਣ ਨਹੀਂ ਹੁੰਦਾ ਉਹ ਸਫਰ ਤਾਂ ਕਰਦੇ ਹਨ ਪਰ ਉਹਨਾਂ ਦੀ ਯਾਤਰਾ ਵਾਲੀ ਸੜਕ ਗੋਲ ਹੁੰਦੀ ਹੈ ਅਜਿਹੇ ਵਿਅਕਤੀ ਧਨ ਵਾਲੇ ਗਰੀਬ ਹੁੰਦੇ ਹਨ ਸੰਸਾਰ ਦਾ ਕੋਈ ਵੀ ਮਹਾਪੁਰਸ਼ ਲਖਪਤੀ ਨਹੀਂ ਸੀ ਲਗਨ ਪਰਿਆ ਕੰਮ ਸਾਨੂੰ ਆਜ਼ਾਦ ਕਰਦਾ ਹੈ ਕਲਾਕਾਰ کارਖਾਨੇਦਾਰਾਂ ਨਾਲੋਂ ਵਧੇਰੇ ਆਜ਼ਾਦ ਹੁੰਦੇ ਹਨ ਜਿਵੇਂ ਬਰਾਂਡਾ ਕਮਰੇ ਨਾਲੋਂ ਵਧੇਰੇ ਆਜ਼ਾਦ ਹੁੰਦਾ ਹੈ ਬਹੁਤਾ ਤਨ ਵੀ ਇੱਕ ਪ੍ਰਕਾਰ ਦੀ ਗੁਲਾਮੀ ਹੈ ਜਿਸ ਕਾਰਨ ਮਹਿਸੂਸ ਕਰਨ ਦੀ ਯੋਗਤਾ ਜਾਂਦੀ ਰਹਿੰਦੀ ਹੈ ਲਗਨ ਵਾਲੇ ਵਿਅਕਤੀ ਦਾ ਕੋਈ ਮੁਲਕ ਨਹੀਂ ਹੁੰਦਾ ਉਹ ਸਮੁੱਚੀ ਮਾਨਵ ਜਾਤੀ ਦਾ ਸਰਮਾਇਆ ਹੁੰਦਾ ਹੈ ਕਲਾਕਾਰ ਦਾ ਦੇਖ ਉਹ ਨਹੀਂ ਹੁੰਦਾ ਜਿੱਥੇ ਉਹ ਰਹਿੰਦਾ ਸਗੋਂ ਉਹ ਹੁੰਦਾ ਜਿੱਥੇ ਉਸ ਦੀ ਲਗਨ ਨੂੰ ਸਮਝਿਆ ਜਾਂਦਾ ਭਲੇ ਮਨੁੱਖ ਬਣਨਾ ਹੀ ਕਾਫੀ ਨਹੀਂ ਕੰਮ ਦੇ ਆਦਮੀ ਬਣਨਾ ਚਾਹੀਦਾ ਹੈ ਕੇਵਲ ਕੰਮ ਹੀ ਸਾਡੀ ਪਛਾਣ ਨਹੀਂ ਹੋਣਾ ਚਾਹੀਦਾ ਉਸ ਵਿੱਚ ਲਗਨ ਦੀ ਸੁਗੰਧੀ ਵੀ ਹੋਣੀ ਚਾਹੀਦੀ ਹੈ ਧੰਨਵਾਦ